ਪੁਰਾਤਨ ਸਮੇਂ ਅਤੇ ਅੱਜ ਦੇ ਸਮੇਂ ਵਿੱਚ ਕਿੰਨੀ ਤਬਦੀਲੀ ਆ ਗਈ ਹੈ ਕਿ ਇੱਕ ਪਾਸੇ ਵਿਗਿਆਨ ਦੇ ਇੰਨੀ ਤਰੱਕੀ ਕਰਨ ਦੇ ਬਾਵਜੂਦ ਇਨਸਾਨ ਚੰਦ 'ਤੇ ਪਹੁੰਚ ਗਿਆ ਹੈ ਅਤੇ ਦੂਜੇ ਪਾਸੇ ਕੁਝ ਲੋਕ ਵਹਿਮ ਭਰਮਾਂ ਅਤੇ ਅੰਧ ਵਿਸ਼ਵਾਸਾਂ ਵਿੱਚ ਹੀ ਫਸੇ ਹੋਏ ਹਨ। ਜਿਹੜੀਆਂ ਚੀਜ਼ਾਂ ਪੁਰਾਣੇ ਸਮੇਂ ਵਿੱਚ ਇਨਸਾਨ ਦੀਆਂ ਮੁੱਖ ਲੋੜਾਂ ਸਨ, ਉਹਨਾਂ ਨੂੰ ਅੱਜ ਵਹਿਮ ਭਰਮ, ਜਾਦੂ ਟੂਣੇ ਅਤੇ ਅੰਧ ਵਿਸ਼ਵਾਸ ਦਾ ਨਾਮ ਦਿੱਤਾ ਜਾ ਚੁੱਕਾ ਹੈ। ਅੱਜ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਸਿੱਖ ਪ੍ਰਚਾਰਕ ਸਰਦਾਰ ਅਮਰਪ੍ਰੀਤ ਸਿੰਘ ਗੁਜਰਵਾਲ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 21ਵੀਂ ਸਦੀ ਹੈ, ਵਿਗਿਆਨ ਦਾ ਯੁੱਗ ਹੈ, ਪਰ ਹਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਹਨ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਦੇਖੋ ਭੈਣ ਜੀ, ਅੰਧ ਵਿਸ਼ਵਾਸਾਂ ਦਾ ਇੱਦਾਂ ਵੀ ਸਾਡੀ ਅਗਿਆਨਤਾ ਦੀ ਘਾਟ ਕਾਰਨ ਲਾ ਲਓ, ਸਾਡੇ ਲੋਕ ਨੇ ਜਿਹੜੇ ਉਹ ਪੜ੍ਹੇ ਲਿਖੇ ਨਹੀਂ ਹੈਗੇ, ਜੇ ਪੜ੍ਹਦੇ ਵੀ ਨੇ ਤਾਂ ਇੱਕ ਫਾਰਮੈਲਿਟੀ ਹੈ, ਰੈਪੀਟੇਸ਼ਨ ਹੈ ਜੀ, ਅਤੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ, ਕਿਵੇਂ ਅਸੀਂ ਮੰਨ ਕੇ ਚੱਲਣਾ ਹੈ, ਉਹਦੇ ਉੱਪਰ ਗੌਰ ਨਹੀਂ ਕਰਦੇ, ਅਤੇ ਇਹੀ ਇੱਕ ਕਾਰਨ ਹੈ ਵੀ ਲੋਕ ਅੰਧ ਵਿਸ਼ਵਾਸਾਂ ਦੇ ਵਿੱਚ ਉਲਝੇ ਪਏ ਨੇ। ਅਤੇ ਅੱਜ ਅਸੀਂ ਜਾਣਨਾ ਚਾਹਾਂਗੇ ਕਿ ਅਸਲ ਵਿੱਚ ਅੰਧ ਵਿਸ਼ਵਾਸ ਜਾਂ ਫਿਰ ਟੂਣਾ ਹੈ ਕੀ। ਅਸਲ ਵਿੱਚ ਟੂਣਾ ਭੈਣ ਜੀ ਇੱਦਾਂ ਹੈ, ਪੰਜਾਬ ਦੀ ਧਰਤੀ ਦੇ ਉੱਪਰ ਅਜੇ ਵੀ ਬਹੁਤ ਲੋਕ ਟੂਣਾ ਕਰਦੇ ਨੇ। ਜਿਹੜੇ ਸਾਡੇ ਸਿਆਣੇ ਬਜ਼ੁਰਗ ਸਨ ਉਹ ਵੀ ਟੂਣਾ ਕਰਦੇ ਸਨ, ਪਰ ਉਹ ਟੂਣੇ ਅਤੇ ਅੱਜ ਦੇ ਕੀਤੇ ਜਾਣ ਵਾਲੇ ਟੂਣੇ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ, ਅੰਤਰ ਹੈ ਜੀ। ਉਹ ਇਸ ਤਰ੍ਹਾਂ ਵੀ ਉਦੋਂ ਕੁਝ ਸੰਚਾਰ ਦੇ ਸਾਧਨ ਨਹੀਂ ਸਨ ਵੈਦਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ, ਕਿਉਂਕਿ ਚੰਗੇ ਹੌਸਪੀਟਲ ਵੀ ਨਹੀਂ ਸਨ, ਚੰਗੇ ਡਾਕਟਰ ਵੀ ਨਹੀਂ ਸਨ। ਵੈਦਾਂ ਤੱਕ ਸਾਡੇ ਸਿਆਣੇ ਬਜ਼ੁਰਗਾਂ ਨੇ ਆਪਣੀ ਗੱਲ ਪਹੁੰਚਾਉਣੀ ਹੁੰਦੀ ਸੀ ਤਾਂ ਉਹ ਟੂਣੇ ਦਾ ਇਸਤੇਮਾਲ ਕਰਦੇ ਸਨ। ਉਹ ਕਿਸ ਤਰ੍ਹਾਂ ਚੁਰਸਤੇ ਦੇ ਉੱਪਰ ਕੁਝ ਖਿਡੌਣੇ ਰੱਖ ਦੇਣੇ ਬੱਚਿਆਂ ਦੇ, ਨਾਰੀਅਲ ਰੱਖ ਦੇਣਾ, ਤੇਲ ਰੱਖ ਦੇਣਾ, ਜਾਂ ਕੁਝ ਦਾਲਾਂ ਰੱਖ ਦੇਣੀਆਂ, ਅਤੇ ਜਾਂ ਸੰਧੂਰ, ਜਿਹੜੀ ਸੁਹਾਗ ਦੀ ਨਿਸ਼ਾਨੀ ਸਮਝਿਆ ਜਾਂਦਾ, ਉਹ ਉੱਥੇ ਉਹਨਾਂ ਨੇ ਰੱਖ ਦੇਣਾ। ਅਤੇ ਉਹਦੇ ਨਾਲ ਹੁਣ ਜਿਹੜਾ ਸੀ ਉਹ ਸਹਿਣ ਕੀ ਦਿੱਤਾ ਜਾਂਦਾ ਸੀ, ਲੋਕਾਂ ਦੇ ਵਿੱਚ ਮੈਸੇਜ ਕੀ ਦਿੱਤਾ ਜਾਂਦਾ ਸੀ, ਉਹ ਇਹ ਸੀ ਵੀ ਆਲੇ ਦੁਆਲੇ ਪਿੰਡ ਦੇ ਵਿੱਚ ਜੇ ਕਿਸੇ ਸਾਡੀ ਭੈਣ ਦੇ ਬੱਚਾ ਹੋਣ ਵਾਲਾ ਹੈ ਤਾਂ ਉਹ ਨਾਰੀਅਲ ਉੱਥੇ ਰੱਖਿਆ ਜਾਂਦਾ ਸੀ। ਨਾਰੀਅਲ ਇੱਕ ਸੰਕੇਤ ਸੀ ਵੀ ਪਿੰਡ ਦੇ ਲੋਕ ਚੁਰਸਤੇ ਦੇ ਵਿੱਚ ਰੱਖਿਆ ਹੋਇਆ ਨਾਰੀਅਲ ਦੇਖ ਕੇ ਵੈਦ ਤੱਕ ਇਹ ਗੱਲ ਪਹੁੰਚਾ ਦੇਣ ਵੀ ਆਲੇ ਦੁਆਲੇ ਕਿਸੇ ਪਿੰਡ ਦੇ ਵਿੱਚ ਕਿਸੇ ਭੈਣ ਦੇ ਜ਼ਰੂਰਤ ਹੈ, ਬੱਚਾ ਹੋਣ ਵਾਲਾ ਹੈ। ਖਿਡੌਣੇ ਰੱਖੇ ਜਾਂਦੇ ਸੀ, ਬੱਚਾ ਹੋ ਜਾਣਾ ਅਤੇ ਬੱਚੇ ਦਾ ਸਿਰ ਦਰਦ ਕਰਨਾ ਜਾਂ ਬੱਚੇ ਦੇ ਪੇਟ ਦੇ ਵਿੱਚ ਕੋਈ ਇਨਫੈਕਸ਼ਨ ਹੋਣੀ, ਤਾਂ ਉਸ ਸਮੇਂ ਦੇ ਵਿੱਚ ਵੈਦ 'ਤੇ ਤੱਕ ਇਹ ਮੈਸੇਜ ਦੇਣ ਦੇ ਲਈ ਵੀ ਉੱਥੇ ਬੱਚੇ ਦਾ ਖਿਡੌਣੇ ਰੱਖੇ ਪਏ ਨੇ ਵੀ ਕੋਈ ਨਾ ਕੋਈ ਆਲੇ ਦੁਆਲੇ ਦੇ ਪਿੰਡ ਦੇ ਵਿੱਚ ਬੱਚਾ ਬਿਮਾਰ ਹੈ। ਸੰਧੂਰ ਜਿਹੜੀ ਸੀ ਉਹ ਸੁਹਾਗ ਦੀ ਨਿਸ਼ਾਨੀ ਸਮਝੀ ਜਾਂਦੀ ਸੀ, ਉਹ ਤਾਂ ਰੱਖਿਆ ਜਾਂਦਾ ਸੀ ਜੇ ਬੱਚੀ ਕੋਈ ਬਿਮਾਰ ਹੈ ਜਾਂ ਲੇਡੀਜ਼ ਕੋਈ ਬਿਮਾਰ ਹੈ, ਵੀ ਲੇਡੀਜ਼ ਦੇ ਲਈ ਇਸ ਸੰਧੂਰ ਦੀ ਵਰਤੋਂ ਕੀਤੀ ਜਾਂਦੀ ਸੀਗੀ, ਖਾਸ ਕਰਕੇ ਜਿਹੜੀਆਂ ਔਰਤਾਂ ਵਿਆਹੀਆਂ ਹੁੰਦੀਆਂ ਸੀ, ਸੁਹਾਗ ਜਿਨ੍ਹਾਂ ਦਾ ਹੁੰਦਾ ਸੀ ਵੀ ਤਾਂ ਜੋ ਡਾਕਟਰ ਤੱਕ ਇਹ ਸੁਨੇਹਾ ਪਹੁੰਚ ਜਾਵੇ ਅਤੇ ਡਾਕਟਰ ਆਪਣਾ ਸਾਰੀ ਦਵਾਈ ਦਾ ਅਰੇਂਜਮੈਂਟ ਕਰਕੇ, ਕਿਉਂਕਿ ਦਵਾਈ ਵੀ ਤਿਆਰ ਕਰਨੀ ਹੁੰਦੀ ਸੀ, ਹੈ ਨਾ, ਉਹ ਆਪਣੀ ਦਵਾਈ ਤਿਆਰ ਕਰਕੇ ਪਿੰਡ ਵਿੱਚ ਪਹੁੰਚੇ ਅਤੇ ਆ ਕੇ ਪਤਾ ਕਰਕੇ ਵੀ ਕਿਹੜੇ ਪਿੰਡ ਦੇ ਵਿੱਚ ਇਹ ਪ੍ਰੋਬਲਮ ਹੈ, ਉੱਥੇ ਉਹਦਾ ਇਲਾਜ ਕਰੇ। ਪਰ ਜੋ ਹੁਣ ਸਿਸਟਮ ਬਣ ਗਿਆ, ਇਹ ਤਾਂ ਲੋੜ ਸੀ ਨਾ ਉਸ ਸਮੇਂ ਦੇ ਵਿੱਚ, ਜਿਹੜਾ ਹੁਣ ਸਿਸਟਮ ਬਣ ਗਿਆ, ਹੁਣ ਮੁਰਗੇ ਰੱਖੇ ਜਾਂਦੇ ਨੇ, ਹਾਂਜੀ, ਕੁੱਕੜ ਮੁਰਗਾ ਰੱਖਤਾ, ਹੈ ਨਾ, ਸ਼ਰਾਬ ਦੀ ਬੋਤਲ ਰੱਖਤੀ, ਚਾਰ ਅੰਡੇ ਰੱਖਤੇ, ਉਹਦਾ ਕਾਰਨ ਇਹ ਹੈ ਵੀ ਸਾਡੇ ਲੋਕ ਅਗਿਆਨਤਾ ਬਸ ਜੋਸ਼ੀਆਂ ਕੋਲ ਜਾਂਦੇ ਨੇ, ਪਾਂਧਿਆਂ ਕੋਲ ਜਾਂਦੇ ਨੇ, ਹੁਣ ਬਾਬਿਆਂ ਕੋਲ ਜਾਣਾ ਸ਼ੁਰੂ ਕਰਤਾ, ਪੰਜਾਬ ਦੀ ਧਰਤੀ 'ਤੇ ਬਾਬੇ ਵੀ ਕਾਫੀ ਨੇ ਨਾ, ਅਤੇ ਉਹ ਉੱਥੇ ਜਾ ਕੇ ਕਹਿੰਦੇ ਕੀ ਨੇ ਵੀ ਮੇਰੀ ਫਲਾਨੇ ਦੇ ਨਾਲ ਦੁਸ਼ਮਣੀ ਹੈ ਜੀ, ਜਾਂ ਫਲਾਨੇ ਨੇ ਮੇਰੀ ਜਿਹੜੀ ਮੈਂ ਉਹਦੇ ਜ਼ਮੀਨ ਦੇ ਉੱਪਰ ਕਬਜ਼ਾ ਕਰਨਾ ਹੈ,
ਜਾਂ ਉਹ ਮੇਰੇ ਨਾਲੋਂ ਤਕੜਾ ਕਿਵੇਂ ਹੋ ਗਿਆ, ਉਹਦੇ ਨਵੀਂ ਗੱਡੀ ਕਿਉਂ ਲੈ ਲਈ, ਉਹਨੇ ਸੋਹਣੀ ਕੋਠੀ ਕਿਉਂ ਪਾ ਲਈ। ਅਤੇ ਉਹ ਬਾਬੇ ਕਹਿੰਦੇ ਨੇ ਵੀ ਚਲੋ ਠੀਕ ਹੈ, ਜੇ ਤੂੰ ਇਹ ਉਪਾਅ ਕਰਨਾ ਚਾਹੁੰਦਾ ਹੈ ਜਾਂ ਆਪਣੇ ਦੁਸ਼ਮਣ ਨੂੰ ਤੂੰ ਖਤਮ ਕਰਨਾ ਚਾਹੁੰਦਾ ਹਾਂ ਤਾਂ ਇੱਦਾਂ ਕਰ ਵੀ ਇੱਕ ਕੁੱਕੜ ਅਤੇ ਇੱਕ ਜਿਹੜਾ ਹੈ ਦੋ ਆਂਡੇ ਤਾਂ ਜਾਂ ਸ਼ਰਾਬ ਦੀ ਬੋਤਲ ਵੀ ਚੁਰਸਤੇ ਦੇ ਵਿੱਚ ਰੱਖਿਆ ਜਾ ਕੇ, ਵੀ ਉੱਥੇ ਜਾ ਕੇ ਟੂਣਾ ਕਰਿਆ। ਹੁਣ ਟੂਣਾ ਕਰਨ ਲੱਗਿਆ ਉਹ ਸ਼ਰਾਬ ਦੀ ਬੋਤਲ ਸਾਰਾ ਕੁਛ ਉੱਥੇ ਰੱਖ ਦੇਣਾ, ਪਰ ਪੜ੍ਹਨਾ ਮੰਤਰ ਤੰਤਰ ਕੁਛ ਨਹੀਂ ਪੜ੍ਹਨਾ, ਬਸ ਉੱਥੇ ਰੱਖ ਕੇ ਆ ਜਾਣਾ। ਅਸੀਂ ਬਹੁਤ ਜਗ੍ਹਾ ਦੇ ਉੱਪਰ ਦੇਖਿਆ ਵੀ ਜਿਹੜੇ ਨੌਜਵਾਨ ਨੇ ਉਹ ਜਾਂਦੇ ਨੇ, ਜਿਹੜੇ ਪੜ੍ਹ ਲਿਖ ਗਏ ਨੇ ਜਿਨ੍ਹਾਂ ਨੂੰ ਸਮਝ ਆ ਗਈ ਇਸ ਚੀਜ਼ ਦੀ, ਉਹ ਜਾਂਦੇ ਨੇ ਉਹ ਚੁੱਕਦੇ ਨੇ ਖਾਣ ਪੀਣ ਵਾਲੇ, ਸ਼ਰਾਬ ਦੀ ਬੋਤਲ ਚੁੱਕੀ ਉਹ ਵੀ ਪੀ ਗਏ ਹੈ ਨਾ, ਅਤੇ ਆਂਡੇ ਵੀ ਆਪਣੇ ਘਰ ਲੈ ਗਏ, ਕੁੱਕੜ ਵੀ ਬਣਾ ਲਿਆ ਹੈ ਨਾ। ਵੀ ਇੱਕ ਦੂਜੇ ਦੇ ਨਾਲ ਦੁਸ਼ਮਣੀਆਂ ਕੱਢਣ ਦੇ ਲਈ, ਕਿੜ ਕੱਢਣ ਦੇ ਲਈ ਅੱਜ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ। ਉਦੋਂ ਜ਼ਰੂਰਤ ਸੀ, ਲੋੜ ਸੀ, ਸਾਡੇ ਬਜ਼ੁਰਗ ਕਿੰਨੇ ਸਿਆਣੇ ਸਨ ਵੀ ਉਹਨਾਂ ਨੇ ਜ਼ਰੂਰਤ ਸਮਝਦਿਆਂ ਲੋੜ ਸਮਝਦਿਆਂ ਹੋਇਆਂ ਕਿੰਨਾ ਵਧੀਆ ਆਪਣੇ ਦਿਮਾਗ ਦੀ ਵਰਤੋਂ ਕਰਕੇ ਇਹ ਸੰਚਾਰ ਦਾ ਸਾਧਨ ਪੈਦਾ ਕੀਤਾ ਸੀਗਾ, ਪਰ ਅੱਜ ਕਰਕੇੜਾਂ ਕੱਢਣ ਲਈ, ਦੁਸ਼ਮਣੀ ਕੱਢਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਵੀਰ ਜੀ, ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਿਵੇਂ ਕਿ ਅੱਜ ਕੱਲ੍ਹ ਕਿਸੇ ਦਾ ਸੰਸਕਾਰ ਹੁੰਦਾ ਹੈ ਅਤੇ ਜਿਹੜੀਆਂ ਬੀਬੀਆਂ ਆ ਭਾਈ ਨੇ ਉਹ ਘਰ ਆਣ ਕੇ ਇਸ਼ਨਾਨ ਜ਼ਰੂਰ ਕਰਦੇ ਨੇ, ਉਹ ਵੀ ਕਿਸੇ ਨਾ ਕਿਸੇ ਅੰਧ ਵਿਸ਼ਵਾਸ ਜਾਂ ਵਹਿਮ ਭਰਮ ਵਿੱਚ ਫਸੇ ਹੋਏ ਨੇ, ਇਹਦੇ ਬਾਰੇ ਤੁਹਾਡੀ ਕੀ ਵਿਚਾਰ? ਦੇਖੋ ਬਿਲਕੁਲ ਤੁਹਾਡੀ ਭੈਣ ਜੀ ਗੱਲ ਸੱਚੀ ਹੈ ਵੀ ਇਹ ਵੀ ਇੱਕ ਅੰਧ ਵਿਸ਼ਵਾਸ ਹੀ ਹੈ। ਉਹਦਾ ਕਾਰਨ ਇਹ ਸੀ, ਬੰਦੇ ਦੀ ਡੈਥ ਹੋਈ, ਡੈਡ ਹੋ ਗਿਆ ਸਰੀਰ, ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਾ ਕੇ ਉਹਨੂੰ ਜਲਾਇਆ ਗਿਆ, ਉਹਦਾ ਸੰਸਕਾਰ ਕੀਤਾ ਜਿਵੇਂ ਪੰਜਾਬ ਦੀ ਧਰਤੀ 'ਤੇ ਕਹਿ ਦਿੰਦੇ ਨੇ ਹੈ ਨਾ, ਜਲਾਇਆ ਅਤੇ ਉਹਦੇ ਸਰੀਰ ਨੂੰ ਬਹੁਤ ਸਾਰੇ ਜਿਹੜੇ ਬੈਕਟੀਰੀਆ ਲੱਗੇ ਹੋ ਜਾ ਸਕਦੇ ਸੀ ਹੈ ਨਾ, ਜਾਂ ਹੋਰ ਕਈ ਕਾਰਨ ਹੋ, ਕਿਸੇ ਬਿਮਾਰੀ ਦੇ ਨਾਲ ਉਹਦੀ ਮੌਤ ਹੋਈ, ਅਤੇ ਉਹ ਤਾਂ ਇੱਕ ਕਾਰਨ ਸੀ ਵੀ ਚਲੋ ਉੱਥੇ ਆ ਕੇ, ਕਿਉਂਕਿ ਜਦੋਂ ਮੁਰਦੇ ਨੂੰ ਫੂਕਿਆ ਗਿਆ ਅਤੇ ਧੂਣਾ ਨਿਕਲਿਆ, ਅੱਗ ਲਾਈ, ਧੂਣੇ ਦੇ ਨਾਲ ਕੁਝ ਬੈਕਟੀਰੀਆ ਸਰੀਰ ਨੂੰ ਲੱਗ ਗਏ ਹੈ ਨਾ, ਜਾਂ ਕਈ ਲੋਕ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਬਣੀ ਹੋਈ ਜਗ੍ਹਾ ਦੇ ਉੱਪਰ ਹੀ ਜਿਹੜਾ ਆਪਣੇ ਹੱਥ ਮੂੰਹ ਧੋ ਲੈਂਦੇ ਨੇ, ਪੈਰ ਧੋ ਲੈਂਦੇ ਨੇ ਜਿੰਨਾ ਕੁ ਹੋ ਸਕੇ, ਅਤੇ ਘਰ ਆ ਕੇ ਇਸ਼ਨਾਨ ਕਰ ਲੈਂਦੇ ਨੇ ਹੈ ਨਾ। ਇਹ ਤਾਂ ਇੱਕ ਕਾਰਨ ਸੀਗਾ ਵੀ ਇਸ ਕਰਕੇ ਕਰਨਾ ਚੰਗੀ ਗੱਲ ਹੈ। ਅਤੇ ਜੇ ਹੁਣ ਅਸੀਂ ਇਹ ਸਮਝ ਲਿਆ ਵੀ ਉੱਥੇ ਭੂਤ ਪ੍ਰੇਤ ਦਾ ਸਾਇਆ ਹੈ, ਆਮ ਕਰਕੇ ਅਗਿਆਨਤਾ ਬਸ ਇਹ ਸਮਝਿਆ ਜਾਂਦਾ ਵੀ ਉੱਥੇ ਭੂਤ ਪ੍ਰੇਤ ਦਾ ਸਾਇਆ ਹੈ, ਆਤਮਾ ਰਹਿੰਦੀ ਹੈ, ਵੀ ਤਾਂ ਕਰਕੇ ਘਰ ਆ ਕੇ ਇਸ਼ਨਾਨ ਕਰਨਾ, ਅਤੇ ਇਹ ਚੀਜ਼ਾਂ ਜਿਹੜੀਆਂ ਵਹਿਮ ਭਰਮ ਦੇ ਵਿੱਚ ਆ ਜਾਂਦੀਆਂ ਨੇ, ਕਾਰਨ ਕੁਝ ਹੋਰ ਹੁੰਦਾ ਅਤੇ ਬਣਾ ਕੇ ਕੁਝ ਹੋਰ ਪੇਸ਼ ਕੀਤਾ ਜਾਂਦਾ ਹੈ। ਇੱਕ ਹੋਰ ਸਵਾਲ ਮੇਰੇ ਮਨ ਵਿੱਚ ਆਇਆ ਕਿ ਜਿਵੇਂ ਅਕਸਰ ਹੀ ਪਿੰਡਾਂ ਵਿੱਚ ਵੇਖਿਆ ਜਾਵੇਗਾ ਕਿ ਲੋਕ ਪਿੱਪਲ ਜਾਂ ਬੋੜਾਂ ਦੀ ਪੂਜਾ ਕਰਦੇ ਨੇ, ਧਾਗੇ ਤਵੀ ਤੋਂ ਉਹਨਾਂ ਨੂੰ ਬੰਨੇ ਜਾਂਦੇ ਨੇ, ਤੁਸੀਂ ਕੀ ਸਮਝਦੇ ਹੋ ਲੋਕ ਅਜਿਹਾ ਕਿਉਂ ਕਰਦੇ ਨੇ? ਦੇਖੋ ਇੱਥੇ ਅੰਧ ਵਿਸ਼ਵਾਸ ਕਰਕੇ ਜੰਡਾਂ ਦੀ ਪੂਜਾ ਹੋ ਰਹੀ ਹੈ, ਦਰਖਤਾਂ ਰੁੱਖਾਂ ਦੀ, ਅਤੇ ਰੁੱਖ ਵੀ ਦੇਵਤੇ ਬਣਾ ਕੇ ਪੂਜੇ ਜਾ ਰਹੇ ਨੇ, ਪਾਣੀ ਦੀ ਪੂਜਾ, ਅਗਨ ਨੂੰ ਦੇਵਤਾ ਬਣਾ ਕੇ ਪੂਜਿਆ ਜਾ ਰਿਹਾ, ਜਲ ਬਣਾ ਕੇ ਪੂਜੇ ਜਾ ਰਹੇ ਨੇ ਹੈ ਨਾ ਇਸ ਤਰ੍ਹਾਂ। ਅਤੇ ਇਹਦੇ ਵਿੱਚ ਵੈਸੇ ਭੈਣ ਜੀ ਇੱਦਾਂ ਸੀ ਵੀ ਜਿਹੜਾ ਹੈ ਨਾ ਬੋੜ ਹੈ ਜੀ, ਅਤੇ ਇਹਦੇ ਆਕਸੀਜਨ ਸਾਨੂੰ ਪਤਾ ਵੀ ਸਾਇੰਟੀਫਿਕ ਤੌਰ ਦੇ ਉੱਪਰ 24 ਘੰਟੇ ਇਹ ਆਕਸੀਜਨ ਦਿੰਦਾ। ਬਿਲਕੁਲ ਠੀਕ ਹੈ ਜੀ। ਗੁਰੂ ਸਾਹਿਬ ਜੀ ਨੇ ਸਾਨੂੰ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਪੂਜਾ ਕਰਨ ਦੇ ਵਿੱਚ ਨਹੀਂ ਸੀ ਉਲਝਾਇਆ। ਅਸੀਂ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਉਹਦੀਆਂ ਦਾਤਾਂ ਦੇ ਨਾਲ ਨਹੀਂ ਸੀ ਜੁੜਨਾ, ਦਾਤਾਂ ਨੂੰ ਸੰਭਾਲ ਕੇ ਰੱਖਣਾ ਸੀ, ਦਾਤਾਂ ਦੀ ਪੂਜਾ ਜਿਹਦੇ ਪੂਜਾ ਦੇ ਵਿੱਚ ਨਹੀਂ ਸੀ ਪੈਣਾ, ਜੁੜਨਾ ਅਸੀਂ ਡਾਇਰੈਕਟ ਅਕਾਲ ਪੁਰਖ ਰੱਬ ਜੀ ਦੇ ਨਾਲ ਸੀਗਾ, ਪਰ ਅਸੀਂ ਉਹਦੀਆਂ ਦਾਤਾਂ ਦੇ ਵਿੱਚ ਉਲਝ ਕੇ ਰਹਿ ਗਏ। ਹੁਣ ਦਾਤਾਂ ਦੇਖੋ ਆਕਸੀਜਨ ਦਿੰਦਾ ਹੈ ਬੋਰਡ, ਅਤੇ ਉਹਨੂੰ ਸੰਭਾਲ ਕੇ ਰੱਖਣਾ ਸੀ, ਹੋਰ ਵੀ ਦਰਖਤ ਆਕਸੀਜਨ ਦਿੰਦੇ ਨੇ, ਅਸੀਂ ਉਹਨਾਂ ਨੂੰ ਵੀ ਸੰਭਾਲਣਾ ਸੀ ਹੈ ਨਾ। ਅਤੇ ਪਰ ਅਸੀਂ ਇਸ ਨੂੰ ਪੁਜਾਰੀ ਨੇ ਬੜੇ ਸ਼ਾਤਰ ਦਿਮਾਗ ਬੜੇ ਤਰੀਕੇ ਦੇ ਨਾਲ ਇਹ ਸਾਡੇ ਉੱਪਰ ਥੋਪਿਆ ਹੈ ਵੀ ਤੁਸੀਂ ਬੋਰਡ ਦੀ ਪੂਜਾ ਨਹੀਂ ਕਰਨੀ। ਅਤੇ ਇਹਦਾ ਮੇਨ ਕਾਰਨ ਜਿਹੜਾ ਮੈਂ ਮੰਨਦਾ ਉਹ ਇਹ ਸੀ ਵੀ ਜਿਵੇਂ ਬੇਰੀ ਹੋ ਗਈ, ਉਹਦੇ ਕੰਢੇ ਹੁੰਦੇ ਨੇ, ਸ਼ੂਦਰ ਦੀ ਘਰ ਵਾਲੀ ਘਰ ਦੇ ਵਿੱਚ ਚੁੱਲ੍ਹਾ ਬਾਲੇ ਤਾਂ ਬੇਰੀ ਦਾ ਇਸਤੇਮਾਲ ਕਰੇ,
ਨੀਵੀਂ ਜਾਤ ਦੀ ਜਿਹੜੇ ਉਹ ਲੋਕ ਕਹਿੰਦੇ ਸਨ ਨਾ ਨੀਵੀਂ ਜਾਤ, ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੀਆਂ ਘਰ ਵਾਲੀਆਂ ਘਰ ਦੇ ਵਿੱਚ ਬੇਰੀਆਂ ਬਾਲਣ, ਕੰਡਿਆਂ ਵਾਲੀਆਂ ਚੀਜ਼ਾਂ ਬਾਲਣ, ਅਤੇ ਪੁਜਾਰੀ ਨੇ ਇਹ ਗੱਲ ਪ੍ਰਚਲਿਤ ਕੀਤੀ ਵੀ ਮੇਰੀ ਘਰਵਾਲੀ ਜਿਹੜੀ ਹੈ ਉਹਦੇ ਕਿਤੇ ਹੱਥਾਂ ਨੂੰ ਕੰਡੇ ਨਾ ਵੱਜ ਜਾਣ, ਕਿਤੇ ਖੂਨ ਨਾ ਵਿੱਚੋਂ ਨਿਕਲ ਜਾਵੇ, ਹੈ ਨਾ, ਵੀ ਮੇਰੀ ਘਰਵਾਲੀ ਹੈ ਉਹ ਜਿਹੜੀ ਪਿੱਪਲ ਦਾ ਇਸਤੇਮਾਲ ਕਰੇ। ਅਤੇ ਇੱਦਾਂ ਕਰਕੇ ਪੁਜਾਰੀ ਵਰਗ ਨੇ ਸ਼ੂਦਰ ਦੇ ਘਰਵਾਲੀ ਜਿਹੜੀ ਹੈ ਉਹ ਨਿੰਮਾਂ ਦਾ ਅਤੇ ਇੱਦਾਂ ਦੀਆਂ ਚੀਜ਼ਾਂ ਜਿਹਨਾਂ ਨੂੰ ਕੰਡੇ ਲੱਗਦੇ ਨੇ ਉਹ ਉਪਯੋਗ ਕਰੇ, ਅਤੇ ਮੇਰੇ ਘਰਵਾਲੀ ਹੈ ਜਿਹੜੀ ਉਹ ਹੈ ਨਾ ਉਹ ਬੋੜ ਦੇ ਦਰਖਤ ਦਾ ਇਸਤੇਮਾਲ ਕਰੇ। ਇਹਨਾਂ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਉਲਝਾਇਆ ਗਿਆ ਸਾਨੂੰ। ਬਿਲਕੁਲ, ਵਹਿਮਾਂ ਭਰਮਾਂ ਵਿੱਚੋਂ ਬੜਾ ਹੀ ਪ੍ਰਚਲਿਤ ਵਹਿਮ ਭਰਮ ਹੈ ਇੱਕ, ਬਿੱਲੀ ਦਾ ਰਸਤਾ ਕੱਟ ਜਾਣਾ। ਹਾਂਜੀ, ਇਹਦੇ ਬਾਰੇ ਕੀ ਕਹੋਗੇ? ਇਹ ਇੱਦਾਂ ਜੀ ਵੀ ਪੁਰਾਣੇ ਸਮੇਂ ਦੀਆਂ ਗੱਲਾਂ ਨੇ ਇਹ ਸਾਰੀਆਂ ਜਿਹੜੀਆਂ ਅੱਜ ਸਾਡੇ ਸਿਰ ਮੜੀਆਂ ਜਾ ਰਹੀਆਂ ਨੇ, ਜਾਂ ਸਾਡੇ ਅੰਧ ਵਿਸ਼ਵਾਸੀ ਲੋਕ ਆਪਣਾ ਭਰਮ ਜਾਲ ਜਿਹੜਾ ਆਪਣੇ ਆਪ 'ਤੇ ਹੀ ਪਾਈ ਜਾ ਰਹੇ ਨੇ। ਹੁਣ ਬਿੱਲੀ ਦਾ ਕਾਰਨ ਇਹ ਸੀ, ਬਿੱਲੀ ਦੇ ਮੂੰਹ ਦੇ ਵਿੱਚ ਮਰਿਆ ਹੋਇਆ ਚੂਹਾ ਹੁੰਦਾ ਸੀ, ਆ ਜਦ ਉਸ ਚੂਹੇ ਨੇ ਬਿੱਲੀ ਨੇ ਉੱਥੇ ਦੀ ਲੰਘਣਾ ਚੂਹਾ ਮੂੰਹ ਦੇ ਵਿੱਚ ਲੈ ਕੇ, ਅਤੇ ਸਾਡੇ ਸਿਆਣੇ ਜਿਹੜੇ ਵੈਦ ਹੁੰਦੇ ਸੀ ਉਹਨਾਂ ਨੇ ਸਾਨੂੰ ਰੋਕਣਾ ਵੀ ਭਾਈ ਕੋਈ ਬਿਮਾਰੀ ਲੱਗ ਸਕਦੀ ਹੈ, ਕਿਉਂਕਿ ਅਜੇ ਵੀ ਤੁਸੀਂ ਦੇਖੋ ਵੀ ਪਲੇਗ ਵਰਗੀਆਂ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ, ਅਤੇ ਅਜੇ ਵੀ ਸਾਨੂੰ ਰੋਕਿਆ ਜਾਂਦਾ ਹੈ ਵੀ ਜਿੱਥੇ ਚੂਹਾ ਮਰਿਆ ਹੋਵੇ ਹੈ ਨਾ ਉੱਥੇ ਤੁਸੀਂ ਨਹੀਂ ਜਾਣਾ। ਇਹ ਕੁਝ ਕਾਰਨ ਸਨ, ਬਿੱਲੀ ਦੇ ਮੂੰਹ ਦੇ ਵਿੱਚ ਚੂਹਾ ਅਤੇ ਉਹ ਲੰਘ ਗਈ, ਸਾਡੇ ਵੈਦਾਂ ਨੇ ਸਿਆਣਿਆਂ ਨੇ ਰੋਕ ਦੇਣਾ ਵੀ ਭਾਈ ਕੋਈ ਬਿਮਾਰੀ ਲੱਗ ਸਕਦੀ ਹੈ, ਹੈ ਨਾ। ਜਿਵੇਂ ਹੁਣ ਅਸੀਂ ਗੁਰਮਤਿ ਦੇ ਕੈਂਪ ਲਾਉਂਦੇ ਹਾਂ ਅਤੇ ਉਹਨਾਂ ਕੈਂਪਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਸਵਾਲ ਕਰਦੇ ਹਾਂ, ਕਿਉਂਕਿ ਬੱਚੇ ਨੇ ਉਹ ਇੱਕ ਮਾਇੰਡ ਉਹਨਾਂ ਦਾ ਸਾਫ਼ ਹੁੰਦਾ ਹੈ, ਅਤੇ ਜਿੱਦਾਂ ਦਾ ਉਹਦੇ ਉੱਪਰ ਆਪਾਂ ਲਿਖਾਂਗੇ ਜਿੱਦਾਂ ਸਮਝਾਵਾਂਗੇ ਉਹ ਸਮਝ ਜਾਂਦੇ ਨੇ, ਅਤੇ ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ ਬੱਚੇ ਵੀ ਇੱਧਰੋਂ ਸ਼ੇਰ ਜਾ ਰਿਹਾ ਹੋਵੇ ਅਤੇ ਇੱਧਰੋਂ ਬਿੱਲੀ ਜਾ ਰਹੀ ਹੋਵੇ, ਸ਼ੇਰ ਬਿੱਲੀ ਨੂੰ ਦੇਖ ਕੇ ਕਿੰਨਾ ਟਾਈਮ ਲਈ ਰੁਕੇਗਾ? ਅਤੇ ਬੱਚੇ ਕਹਿ ਦਿੰਦੇ ਆ ਹੱਸ ਕੇ ਵੀਰ ਜੀ ਇਹ ਕਿੱਦਾਂ ਹੋ ਸਕਦਾ ਵੀ ਸ਼ੇਰ ਤਾਂ ਤਕੜਾ ਜਾਨਵਰ ਹੈ ਉਹ ਬਿੱਲੀ ਨੂੰ ਦੇਖ ਕੇ ਕਿਵੇਂ ਰੁਕੇਗਾ? ਅਤੇ ਅਸੀਂ ਫਿਰ ਦੱਸੀਦਾ ਵੀ ਆਹ ਸ਼ੇਰ ਜਿਹਨੂੰ ਸਿੰਘ ਸ਼ੇਰ ਕਿਹਾ ਜਾਂਦਾ ਇਹ ਪਰ ਰੁਕ ਜਾਂਦਾ ਹੈ, ਬਿੱਲੀ ਰਸਤਾ ਕੱਟ ਗਈ ਅਮਰਧਾਰੀ ਸ਼ੇਰ ਵੀ ਰੁਕ ਜਾਂਦੇ ਨੇ, ਕਿਸੇ ਨੇ ਛਿੱਕ ਮਾਰਤੀ ਤਾਂ ਵੀ ਰੁਕ ਜਾਂਦੇ ਨੇ, ਅਤੇ ਰਸਤੇ ਦੇ ਵਿੱਚ ਕੋਈ ਖਾਲੀ ਟੋਕਰਾ ਲੈ ਕੇ ਲੰਘ ਗਿਆ ਤਾਂ ਵੀ ਰੁਕ ਜਾਂਦੇ ਨੇ। ਅਤੇ ਇੱਦਾਂ ਦੇ ਜਿਹੜੇ ਅੰਧ ਵਿਸ਼ਵਾਸ ਨੇ, ਖਾਸ ਕਰ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਘੱਟੋ ਘੱਟ ਸਾਡੇ ਵੀਰ, ਵੈਸੇ ਤਾਂ ਸਾਰਿਆਂ ਨੂੰ ਬਚਣਾ ਚਾਹੀਦਾ ਹੈ, ਅਤੇ ਸਾਡੇ ਸਿੱਖ ਵੀਰ ਜਦੋਂ ਇਹ ਅੰਧ ਵਿਸ਼ਵਾਸ ਕਰਦੇ ਨਜ਼ਰੀ ਆਉਂਦੇ ਨੇ, ਸਾਡੀਆਂ ਮਾਵਾਂ ਸਾਡੇ ਦਾਦੇ ਇਹ ਚੀਜ਼ਾਂ ਵਿੱਚ ਉਲਝੇ ਨਜ਼ਰੇ ਆਉਂਦੇ ਨੇ, ਤਾਂ ਬੜਾ ਦੁੱਖ ਹੁੰਦਾ ਵੀ ਗੁਰੂ ਸਾਹਿਬ ਜੀ ਨੇ ਆਪਣਾ ਗਿਆਨ ਦੇ ਕੇ ਸਮਝ ਦੇ ਕੇ ਕਿੰਨੇ ਪਿਆਰੇ ਤਰੀਕੇ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਤੋਂ ਕੱਢਿਆ ਸੀ, ਅਤੇ ਅਸੀਂ ਫਿਰ ਵੀ ਇਹਨਾਂ ਚੀਜ਼ਾਂ 'ਚ ਉਲਝੇ ਹੋਏ ਹਾਂ। ਜੀ ਬਿਲਕੁਲ। ਸੋ ਵੀਰ ਜੀ ਹੁਣਾਂ ਨੇ ਸਾਨੂੰ ਬਹੁਤ ਹੀ ਗਿਆਨ ਭਰਪੂਰ ਉਹ ਗੱਲਾਂ ਦੱਸੀਆਂ, ਉਹਨਾਂ ਦੀ ਸੱਚਾਈ ਦੱਸੀ, ਉਹਨਾਂ ਦੇ ਪਿਛਲੇ ਕਾਰਨ ਦੱਸੇ, ਅਤੇ ਨਾਲ ਇਹ ਵੀ ਦੱਸਿਆ ਕਿ ਅੱਜ ਉਹ ਗੱਲਾਂ ਕਿਸ ਮੋੜ ਵੱਲ ਮੁੜ ਰਹੀਆਂ ਨੇ। ਸੋ ਇਹ ਸਨ ਸਰਦਾਰ ਅਮਰਪ੍ਰੀਤ ਸਿੰਘ ਗੁੱਜਰਵਾਲ, ਅਸੀਂ ਇਹਨਾਂ ਦਾ ਆਪਣੇ ਸਟੂਡੀਓ ਵਿੱਚ ਆਇਆ, ਧੰਨਵਾਦ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।